ਗੁੱਡ ਮਾਰਨਿੰਗ ਦੋਸਤੋ, ਕਿਵੇਂ ਹੋ ਤੁਸੀਂ ਸਾਰੇ? ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕੋਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਜਿਹੜਾ ਇਹ ਫੈਲ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਮੋਦੀ ਸਰਕਾਰ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰੈਸ ਕਾਨਫਰੰਸ ਕਰਕੇ ਗਰੀਬ ਕਿਸਾਨਾਂ ਅਤੇ ਮਜ਼ਦੂਰਾਂ ਦੇ ਲਈ 1.70 ਕਰੋੜ ਰੁਪਏ ਦਾ ਪੈਕੇਜ ਦੇਣ ਦਾ ਐਲਾਨ ਕੀਤਾ ਹੈ, ਜਿਸ ਨਾਲ ਇਹ ਮੁਸ਼ਕਲ ਹਾਲਾਤਾਂ ਵਿੱਚ ਲੋਕਾਂ ਨੂੰ ਮਦਦ ਮਿਲੇਗੀ। ਜੋ ਕਾਫੀ ਯੋਜਨਾਵਾਂ ਦੇ ਜ਼ਰੀਏ ਸਾਰੇ ਗਰੀਬ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਮਦਦ ਮਿਲਣੀ ਹੈ। ਅਤੇ ਮੈਂ ਤੁਹਾਨੂੰ ਵਾਰੀ ਵਾਰੀ ਪੂਰੀ ਜਾਣਕਾਰੀ ਦਵਾਂਗਾ ਕਿ ਇਹ ਤੁਸੀਂ ਕਿੱਦਾਂ ਚੈੱਕ ਕਰਨਾ ਹੈ, ਜਾਂ ਤੁਹਾਨੂੰ ਕਿੱਦਾਂ ਪਤਾ ਲੱਗੇਗਾ ਕਿਹੜੀ ਕਿਹੜੀ ਯੋਜਨਾ ਦੇ ਵਿੱਚ ਕਿੰਨੇ ਕਿੰਨੇ ਪੈਸੇ ਜਿਹੜੇ ਨੇ ਦਿੱਤੇ ਜਾ ਰਹੇ ਨੇ। ਸੋ ਉਸ ਤੋਂ ਪਹਿਲਾਂ ਅਗਰ ਸਾਡੇ ਚੈਨਲ ਤੇ ਤੁਸੀਂ ਤੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ, ਤਾਂ ਕਿ ਹਰ ਇਨਫੋਰਮੇਸ਼ਨ ਤੁਹਾਨੂੰ ਜਿਹੜੀ ਹੈ, ਚਾਹੇ ਉਹ ਸੈਂਟਰ ਦੀ ਹੋਵੇ, ਚਾਹੇ ਉਹ ਸਟੇਟ ਗਵਰਨਮੈਂਟ ਦੀ ਯੋਜਨਾਵਾਂ ਹੋਣ, ਚਾਹੇ ਲੇਟੈਸਟ ਨਿਊਜ਼ ਹੋਣ ਜਾਂ ਭਰਤੀਆਂ ਦੀ ਜਾਣਕਾਰੀ ਹੋਵੇ, ਸਭ ਤੋਂ ਪਹਿਲਾਂ ਮਿਲ ਸਕੇ। ਔਰ ਚਲੋ ਹੁਣ ਸ਼ੁਰੂ ਕਰਦੇ ਹਾਂ ਅਸੀਂ ਵੀਡੀਓ ਨੂੰ। ਸਭ ਤੋਂ ਪਹਿਲਾਂ ਅਗਰ ਅਸੀਂ ਗੱਲ ਕਰੀਏ ਪਹਿਲੀ ਸਕੀਮ ਦੀ, ਜੋ ਕਿ ਜਿੰਨਾ ਵੀ ਕਿਸਾਨਾਂ ਦੇ ਪੀਐਮ ਕਿਸਾਨ ਨਿਧੀ ਯੋਜਨਾ ਸਕੀਮ ਦੇ ਵਿੱਚ ਖਾਤੇ ਹਨ, ਉਹਨਾਂ ਨੂੰ ਪਹਿਲਾਂ 2000 ਰੁਪਏ ਆ ਰਹੇ ਸੀ। ਉਹਨਾਂ ਨੂੰ ਅਪ੍ਰੈਲ ਮਹੀਨੇ ਦੇ ਪਹਿਲੇ ਹਫਤੇ ਵਿੱਚ ਹੀ ਪੈਸੇ ਜਿਹੜੇ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੇ ਜਾਣਗੇ। ਦੂਸਰੀ ਸਕੀਮ ਜਿਹੜੀ ਹੈਗੀ ਜੀ, ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ 80 ਕਰੋੜ ਲੋਕਾਂ ਨੂੰ 5-5 ਕਿਲੋ ਚੌਲ ਕਣਕ ਆਦਿ ਦਿੱਤੇ ਜਾਣਗੇ। ਇਹ 3 ਮਹੀਨਿਆਂ ਦੇ ਲਈ ਦਿੱਤੇ ਜਾਵੇਗਾ। ਤੀਸਰੀ ਅਗਰ ਅਸੀਂ ਗੱਲ ਕਰੀਏ ਸਕੀਮ ਦੀ, ਜੋ ਕਿ ਮੈਡੀਕਲ ਸਟਾਫ ਦੇ ਲਈ ਹੈ, ਜੋ ਲੋਕ ਇਸ ਬਿਮਾਰੀ ਦੇ ਨਾਲ ਲੜ ਰਹੇ ਨੇ, ਜਿਵੇਂ ਕਿ ਮੈਡੀਕਲ ਸਟਾਫ, ਉਹਨਾਂ ਲਈ 50 ਲੱਖ ਰੁਪਏ ਦਾ ਜੀਵਨ ਬੀਮਾ ਦਿੱਤਾ ਜਾਵੇਗਾ, ਅਤੇ ਬਜ਼ੁਰਗ ਅਤੇ ਵਿਧਵਾ ਅਪਾਹਜਾਂ ਨੂੰ 1-1 ਹਜ਼ਾਰ ਰੁਪਇਆ ਜਿਹੜਾ ਹੈ ਉਹ ਦਿੱਤਾ ਜਾਵੇਗਾ। ਅਗਰ ਨੈਕਸਟ ਅਸੀਂ ਚੌਥੀ ਸਕੀਮ ਦੀ ਗੱਲ ਕਰੀਏ, ਪ੍ਰਧਾਨ ਮੰਤਰੀ ਉਜਵਲ ਯੋਜਨਾ ਦੇ ਤਹਿਤ ਜਿਹੜੀਆਂ ਵੀ ਔਰਤਾਂ ਦੇ ਗੈਸ ਸਿਲੰਡਰ ਵਾਲੀ ਸਕੀਮ ਦੇ ਵਿੱਚ ਨਾਮ ਹਨ, ਉਹਨਾਂ ਨੂੰ 3 ਮਹੀਨੇ ਦੇ ਲਈ ਫ੍ਰੀ ਸਿਲੰਡਰ ਦਿੱਤੇ ਜਾਣਗੇ। ਮਤਲਬ ਕਿ ਜਿਹੜੇ ਸਿਲੰਡਰ ਦੇ ਪੈਸੇ ਹੋਣਗੇ ਉਹ ਉਹਨਾਂ ਦੇ ਖਾਤਿਆਂ ਦੇ ਵਿੱਚ ਕ੍ਰੈਡਿਟ ਕਰ ਦਿੱਤੇ ਜਾਣਗੇ, ਅਤੇ ਉਹ ਉਸ ਪੈਸੇ ਦੇ ਨਾਲ ਜਿਹੜਾ ਸਿਲੰਡਰ ਬੁੱਕ ਕਰਵਾ ਕੇ ਸਿਲੰਡਰ ਪਰਚੇਸ ਕਰ ਸਕਦੇ ਨੇ। ਔਰ ਅਗਰ ਅਸੀਂ ਚੌਥੀ ਜਿਹੜੀ ਪੰਜਵੀਂ ਲਾਸਟ ਸਕੀਮ ਹੈ, ਉਹਦੇ ਵਿੱਚ ਅਸੀਂ ਗੱਲ ਕਰੀਏ ਕਿ ਜਿਹੜੀਆਂ ਵੀ ਔਰਤਾਂ ਦੇ ਜਨ ਧਨ ਖਾਤੇ ਬਣੇ ਹੋਏ ਹਨ, ਉਹਨਾਂ ਖਾਤਿਆਂ ਦੇ ਵਿੱਚ 3 ਮਹੀਨਿਆਂ ਦੇ ਲਈ 500-500 ਰੁਪਏ ਜਿਹੜੇ ਨੇ ਪਾਏ ਜਾਣਗੇ, ਔਰ ਇਹ ਸਿੱਧੇ ਉਹਨਾਂ ਦੇ ਖਾਤਿਆਂ ਦੇ ਵਿੱਚ ਹੀ ਕ੍ਰੈਡਿਟ ਹੋਏਗੀ, ਇਹ ਵਾਲੀ ਰਕਮ ਜਿਹੜੀ ਹੈ, ਠੀਕ ਹੈ ਜੀ। ਔਰ ਨੈਕਸਟ ਮਨਰੇਗਾ ਦੇ ਜ਼ਰੀਏ ਜੋ ਵੀ ਲੋਕ ਆਪਣੇ ਪਰਿਵਾਰ ਨੂੰ ਪਾਲਦੇ ਹਨ, ਉਹਨਾਂ ਦੀ ਮਜ਼ਦੂਰੀ 182 ਰੁਪਏ ਤੋਂ ਵਧਾ ਕੇ 202 ਰੁਪਏ ਕਰ ਦਿੱਤੀ ਹੈ। ਅਤੇ ਆਸ ਕਰਦਾ ਹਾਂ ਦੋਸਤੋ ਕਿ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ। ਸੋ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਵੋ, ਤਾਂ ਕਿ ਤੁਹਾਨੂੰ ਹਰ ਅਪਡੇਟ ਟਾਈਮ ਨਾਲ ਮਿਲ ਜਾਵੇ। ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਦੇ ਲਈ ਧੰਨਵਾਦ।